ਇੱਥੇ ਰੇਹ ਸਿੱਟਣ ਵਾਲੇ ਮੁੰਡੇ ਜਦੋਂ ਦੇਖਿਆ ਟਿੱਡੀ ਦਲ ਅਤੇ ਅਸੀਂ ਪਿੰਡ ਜਾ ਕੇ ਅਲੋਟਮੈਂਟ ਵੀ ਕਰਾਇਆ, ਘੱਟੋ ਘੱਟ ਕੋਈ ਹਜ਼ਾਰਾਂ ਦੇ ਹਿਸਾਬ 'ਤੇ ਟਿੱਡੀ ਦਲ ਸੀਗਾ ਜੀ ਇੱਥੇ, 35-36 ਕਿੱਲਿਆਂ 'ਤੇ ਹੈ ਜੀ ਲਗਭਗ, ਅਤੇ ਅਸੀਂ ਛੱਟੀਆਂ ਲੈ ਕੇ ਉਹਨੂੰ ਡੱਕਰਦੇ ਫਿਰਦੇ ਹਾਂ। ਕੱਲ੍ਹ 12-1 ਵਜੇ ਦਾ ਹਮਲਾ ਹੋਇਆ ਜੀ, ਜਦੋਂ ਸਾਨੂੰ ਰੇਹ ਸਿੱਟਣ ਆਇਆ ਨੂੰ ਪਤਾ ਲੱਗਿਆ। ਅਤੇ ਅਸੀਂ ਆ ਕੇ ਬਹੁਤ ਬੰਦੇ ਆਏ ਪਿੰਡੋਂ ਅਤੇ ਛੱਟੀਆਂ ਛੁਟਕਾਂ ਨਾਲ ਅਸੀਂ ਡੱਕਰੇ ਅਤੇ ਹਨੇਰੇ ਗਏ ਅਸੀਂ ਪਿੰਡ ਨੂੰ ਘਰੇ, ਅਤੇ ਤੜਕੇ ਅਸੀਂ ਆ ਕੇ ਫਿਰ ਠਾਈ ਤੜਕੇ ਉੱਠੇ ਨਹੀਂ, ਚਾਹੋ ਤਾਂ ਜੀ ਇਹ ਕਣੀਆਂ ਦਾ ਕਰਕੇ ਛਾਪਲ ਗਈ, ਚਾਹੋ ਗਾਹਾਂ ਪਿਛਾਹ ਹੋਊਗੀ ਜੀ ਹਵਾ ਹਵਾ ਦੇ ਕਾਰਨ। ਕੱਲ੍ਹ ਤਾਂ ਬਹੁਤ ਉੱਡੀ ਜਾਂਦੀ ਹੈ ਜੀ, ਕੱਲ੍ਹ ਦੇ ਫਿਰਦੇ ਛੱਟੀਆਂ ਲਈ ਜੀ, ਧੁੱਪ ਸੀ ਕੱਲ੍ਹ, ਅੱਜ ਜੀ ਆ ਬੱਦਲਬਾਈ ਕਰਕੇ ਤੜਕੇ ਫਿਰਦੇ ਹਾਂ, ਫਸਲਾਂ ਥੱਲੇ ਬੜੀ ਬੈਠੀ ਹੈ ਛਾਪਲੀ, ਹੋ ਸਕਦਾ ਧੁੱਪ ਨਿਕਲ ਆਈ ਤਾਂ ਉਦੋਂ ਉੱਡ ਸਕਦੀ ਹੈ ਜੀ। ਇੱਥੇ ਫਿਰਦੇ ਹਾਂ ਅਸੀਂ ਤਾਂ ਛੱਟੀਆਂ ਲਈ, ਪੀਪੇ ਲਈ ਫਿਰਦੇ ਜੀ 15-20 ਮੁੰਡੇ। ਰਾਜਸਥਾਨ ਤੋਂ ਬਾਅਦ ਹੁਣ ਟਿੱਡੀ ਦਲ ਨੇ ਮਾਨਸਾ ਜ਼ਿਲ੍ਹੇ ਵਿੱਚ ਦਸਤਕ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਜਟਾਣਾ ਖੁਰਦ ਦੇ ਕਰੀਬ 36 ਏਕੜ ਵਿੱਚ ਟਿੱਡੀ ਦਲ ਦਾ ਹਮਲਾ ਹੋਇਆ ਹੈ, ਜਿਸ ਦੇ ਚਲਦਿਆਂ ਕਿਸਾਨ ਦਹਿਸ਼ਤ ਦੇ ਆਲਮ ਵਿੱਚ ਹਨ ਅਤੇ ਕਿਸਾਨ ਆਪਣੇ ਹੀ ਤਰੀਕੇ ਨਾਲ ਟਿੱਡੀ ਦਲ ਨੂੰ ਭਜਾਉਣ ਦਾ ਪ੍ਰਯਾਸ ਕਰ ਰਹੇ ਹਨ, ਪਰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਜ਼ਿਲ੍ਹੇ ਵਿੱਚ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਟਿੱਡੀ ਦਲ ਫਸਲਾਂ ਦੇ ਥੱਲੇ ਲੁਕ ਗਿਆ। ਉਧਰ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਧੁੱਪ ਨਿਕਲ ਤੋਂ ਬਾਅਦ ਹੀ ਟਿੱਡੀ ਦਲ ਉੱਪਰ ਆਵੇਗੀ। ਕੱਲ 12 ਵਜੇ ਦਾ ਹੋਇਆ ਜੀ, ਉਦੋਂ ਬਾਅਦ ਅਸੀਂ ਇੱਥੇ ਰੇਹ ਸਿੱਟਣ ਵਾਲੇ ਮੁੰਡੇ ਜਦੋਂ ਦੇਖਿਆ ਟਿੱਡੀ ਦਲ ਅਤੇ ਅਸੀਂ ਪਿੰਡ ਜਾ ਕੇ ਅਲੋਟਮੈਂਟ ਵੀ ਕਰਾਇਆ, ਘੱਟੋ ਘੱਟ ਕੋਈ ਹਜ਼ਾਰਾਂ ਦੇ ਹਿਸਾਬ 'ਤੇ ਟਿੱਡੀ ਦਲ ਸੀਗਾ ਜੀ ਇੱਥੇ, ਅਤੇ ਅਸੀਂ ਆ ਕੇ ਬਹੁਤ ਬੰਦੇ ਆਏ ਪਿੰਡੋਂ ਅਤੇ ਛੱਟੀਆਂ ਛੁਟਕਾਂ ਨਾਲ ਅਸੀਂ ਡੱਕਰੇ ਅਤੇ ਹਨੇਰੇ ਗਏ ਅਸੀਂ ਪਿੰਡ ਨੂੰ ਘਰੇ, ਅਤੇ ਤੜਕੇ ਅਸੀਂ ਆ ਕੇ ਫਿਰ ਠਾਈ ਤੜਕੇ ਉੱਠੇ ਨਹੀਂ, ਚਾਹੋ ਤਾਂ ਜੀ ਇਹ ਕਣੀਆਂ ਦਾ ਕਰਕੇ ਛਾਪਲ ਗਈ, ਚਾਹੋ ਗਾਹਾਂ ਪਿਛਾਹ ਹੋਊਗੀ ਜੀ ਹਵਾ ਹਵਾ ਦੇ ਕਾਰਨ। ਅਤੇ ਪਹਿਲਾਂ ਅਸੀਂ ਲਾਲਾ ਤੂੰ ਸਪਰੇਅ ਕਰ, ਕਣਕ 'ਤੇ 3 ਸਪਰੇਹਾਂ ਕਰਤੀਆਂ ਜੀ, ਪਹਿਲਾਂ ਖੜ੍ਹੇ ਖਰਚਿਆਂ 'ਚ ਕਣਕ ਬੀਜੀ ਸੀ, ਅਤੇ ਮਹਿਕਮਾ ਵੀ ਸੱਦਿਆ ਉੱਥੇ, ਮਹਿਕਮਾ ਸਾਨੂੰ ਬੋਲਦਾ ਕਿ ਉਹਨਾਂ ਨੂੰ ਸਪਰੇਅ ਕਰ ਦਿਓ, ਕਹਿੰਦੇ ਕਿ ਉਹਨਾਂ ਨੂੰ ਮਿਲਦੀ ਨਹੀਂ ਬੰਦ ਆ ਜੀ ਗਾਏ ਸਾਲਾਂ ਦੀ, ਅਤੇ ਦਵਾਈਆਂ 3 ਕਰਤੀਆਂ ਜੀ, ਹਜੇ ਸੁੰਡੀ ਹਜੇ ਵੀ ਹੈਗੀ ਜੀ ਵਿੱਚ। 35-36 ਕਿੱਲਿਆਂ 'ਤੇ ਹੈ ਜੀ ਲਗਭਗ, ਅਤੇ ਅਸੀਂ ਛੱਟੀਆਂ ਲੈ ਕੇ ਉਹਨੂੰ ਡੱਕਰਦੇ ਫਿਰਦੇ ਹਾਂ। ਕੱਲ੍ਹ 12-1 ਵਜੇ ਦਾ ਹਮਲਾ ਹੋਇਆ ਜੀ, ਜਦੋਂ ਸਾਨੂੰ ਰੇਹ ਸਿੱਟਣ ਆਇਆ ਨੂੰ ਪਤਾ ਲੱਗਿਆ, ਉਦੋਂ ਬਾਅਦ ਅਸੀਂ ਉਹਨਾਂ ਨੂੰ ਡੱਕਰਨਾ ਸ਼ੁਰੂ ਕਰਤਾ, ਫਿਰਦੇ ਰਹੇ, ਅਸੀਂ ਖੇਤੀਬਾੜੀ ਮਹਿਕਮੇ ਨੂੰ ਫੋਨ ਲਾਇਆ, ਖੇਤੀਬਾੜੀ ਮਹਿਕਮੇ ਵਾਲੇ ਆਏ ਨੇ ਸਾਨੂੰ, ਉਹਨਾਂ ਨੇ ਸਪਰੇਅ ਕਰਨ, ਕਹਿੰਦੇ ਵੀ ਸਪਰੇਅ ਕਰੋ ਤੁਸੀਂ, ਇਹ ਤਾਂ ਖਮਲ ਥੋੜ੍ਹੀ ਹੈ, ਕੋਈ ਖਾਸ ਚੀਜ਼ ਨਹੀਂ, ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਗਾ, ਅਤੇ ਸਾਨੂੰ ਬਹੁਤ ਉੱਡੀ ਫਿਰਦੀ ਸੀ, ਅਤੇ ਅਸੀਂ ਡੱਕਰਦੇ ਹੀ 4-5 ਘੰਟੇ ਬਹੁਤ ਜ਼ੋਰ ਲਾਈ, ਹਨੇਰੇ ਘਰੇ ਗਏ, 8-9 ਵਜੇ ਜਾ ਕੇ ਅਸੀਂ ਰੋਟੀ ਖਾਧੀ ਹੈ। ਪੂਰਾ ਹਮਲਾ ਜੀ, ਬਹੁਤ ਜ਼ਿਆਦਾ ਨੁਕਸਾਨ ਹੈ, ਕਣਕ ਵਿੱਚ ਟੁੱਕੀ ਵੀ ਹੈ ਉਹਨਾਂ ਨੇ, ਉਦੋਂ ਬਾਅਦ ਅੱਜ ਤੜਕੇ ਆਏ ਹਾਂ ਅਸੀਂ, ਰਾਤ ਨੂੰ ਕਣੀਆਂ ਪੈਣ ਲੱਗ ਗਈਆਂ, ਕਣੀਆਂ ਦੇ ਕਾਰਨ ਪਤਾ ਨਹੀਂ ਤਾਂ ਉਹ ਥੱਲੇ ਬੈਠੀ ਹੈ ਕਿ ਆਸੇ ਪਾਸੇ ਲੁਕੀ ਹੈ, ਸਾਨੂੰ ਉਹਦਾ ਪਤਾ ਨਹੀਂ ਲੱਗ ਰਿਹਾ। ਟਿੱਡੀ ਦਲ ਜੀ ਕੱਲ੍ਹ ਤਾਂ ਬਹੁਤ ਉੱਡੀ ਜਾਂਦੀ ਹੈ ਜੀ, ਕੱਲ੍ਹ ਦੇ ਫਿਰਦੇ ਛੱਟੀਆਂ ਲਈ ਜੀ, ਧੁੱਪ ਸੀ ਕੱਲ੍ਹ, ਅੱਜ ਜੀ ਆ ਬੱਦਲਬਾਈ ਕਰਕੇ ਤੜਕੇ ਫਿਰਦੇ ਹਾਂ, ਫਸਲਾਂ ਥੱਲੇ ਬੜੀ ਬੈਠੀ ਹੈ ਛਾਪਲੀ, ਹੋ ਸਕਦਾ ਧੁੱਪ ਨਿਕਲ ਆਈ ਤਾਂ ਉਦੋਂ ਉੱਡ ਸਕਦੀ ਹੈ ਜੀ। ਇੱਥੇ ਫਿਰਦੇ ਹਾਂ ਅਸੀਂ ਤਾਂ ਛੱਟੀਆਂ ਲਈ, ਪੀਪੇ ਲਈ ਫਿਰਦੇ ਜੀ 15-20 ਮੁੰਡੇ। ਅਤੇ ਕੀ ਮੰਗ ਕਰਦੇ ਹੋ ਤੁਸੀਂ ਉਹਦੇ ਲਈ? ਮੰਗ ਤਾਂ ਜੀ ਹੁਣ ਮਾਰ, ਜਾਂ ਤਾਂ ਉਹਦਾ ਕੋਈ ਹੱਲ ਹੋ ਜਾਵੇ ਜੀ, ਇਹਨੂੰ ਮਾਰੀ ਜਾਵੇ, ਵੱਡੀ ਮੰਗ ਤਾਂ ਇਹੀ ਹੈਗੀ ਵੀ ਇਹਦੇ ਕੋਈ ਹੱਲ ਕਰਿਆ ਜਾਵੇ ਸਰਕਾਰ ਨੂੰ, ਸਰਪੰਚਾਂ ਸੁਭਾ। ਕੱਲ੍ਹ ਖੇਤੀਬਾੜੀ ਵਾਲੇ ਵੀ ਆਏ ਸੀਗੇ, ਉਹ ਕਹਿੰਦੇ ਜੀ ਲੈਂਬੜਾ ਕਰ ਦਿਓ ਕਰ ਦਿਓ, ਸਰਪੰਚਾਂ ਤਾਂ ਜੀ ਪਹਿਲਾਂ ਵੀ 3-4 ਕਰੀ ਬੈਠੇ ਜੀ ਕਣਕਾਂ 'ਤੇ, ਠੇਕੇ 'ਤੇ ਬਾਂਹ ਲੈ ਰੱਖੇ 60-60 ਹਜ਼ਾਰ ਨੂੰ, ਅਤੇ ਕਣਕਾਂ ਤੋਂ ਕਿਉਂ ਮਾੜੀ, ਤੁਹਾਡੀ ਟਿੱਡੀ ਦਲ ਦਾ ਹਮਲਾ ਹੋਇਆ ਜੀ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।